ਸਤਿ ਸ਼੍ਰੀ ਅਕਾਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ, ਮੈਂ ਹਾਂ ਖੁਸ਼ਪ੍ਰੀਤ ਕੌਰ। ਬੀਤੇ ਦਿਨ ਧਨੌਲਾ ਥਾਣੇ 'ਚ ਭਾਨੇ ਸਿੱਧੂ ਦੇ ਪਿਤਾ, ਭਾਨੇ ਸਿੱਧੂ ਦੀਆਂ ਭੈਣਾਂ ਲੱਖੇ ਸਧਾਣੇ, ਪਿੰਡ ਕੋਟ ਦੁਨਾਂ ਦੇ ਸਰਪੰਚ ਅਤੇ ਪੰਚ ਸਮੇਤ ਕਈ ਜਣਿਆਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਅਤੇ FIR ਦੇ ਵਿੱਚ ਚੀਜ਼ ਲਿਖੀ ਗਈ ਕਿ ਇਹਨਾਂ ਸਾਰੇ ਜਣਿਆਂ ਨੇ 3 ਤਰੀਕ ਨੂੰ ਜਦੋਂ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਇੱਕ ਵੱਡਾ ਪ੍ਰਦਰਸ਼ਨ ਲੋਕਾਂ ਦੇ ਵੱਲੋਂ ਕੀਤਾ ਗਿਆ ਤਾਂ ਉਸ ਪ੍ਰਦਰਸ਼ਨ ਦੇ ਵਿੱਚ ਕੁਝ ਲੋਕਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀਆਂ ਗੱਡੀਆਂ ਦੇ ਵਿੱਚ ਜਾਂ ਫਿਰ ਟਰੈਕਟਰ ਟਰਾਲੀਆਂ 'ਤੇ ਲੋਕ ਗਏ ਸੀ, ਉਹਨਾਂ ਨੂੰ ਪੁਲਿਸ 'ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਤਲ ਇਰਾਦਾ ਦੀ ਧਾਰਾ ਵੀ ਇਹਨਾਂ ਦੇ ਉੱਤੇ ਲਾਈ ਗਈ ਹੈ ਅਤੇ ਉਸ ਸਭ ਦੇ ਚੱਲਦਿਆਂ ਹੁਣ ਭਾਨੇ ਸਿੱਧੂ ਦੀਆਂ ਭੈਣਾਂ ਨੇ ਦੱਸਿਆ ਕਿ ਅਸੀਂ ਤਾਂ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਵੀ ਨਹੀਂ ਸੀ, ਮੈਂ ਆਪਣੀ ਡਿਊਟੀ 'ਤੇ ਸੀ ਅਤੇ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਨੂੰ ਤਾਂ ਥਾਣੇ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਸੀ, ਪਰ ਉਸ ਸਭ ਦੇ ਬਾਵਜੂਦ ਸਾਡੇ ਉੱਤੇ ਪਰਚਾ ਦਰਜ ਕੀਤਾ ਗਿਆ, ਜਦਕਿ ਅਸੀਂ ਉਸ ਪ੍ਰਦਰਸ਼ਨ ਦੇ ਵਿੱਚ ਹਾਜ਼ਰ ਵੀ ਨਹੀਂ ਸੀ ਅਤੇ ਦੂਜੇ ਪਾਸੇ ਲੱਖੇ ਸਧਾਣੇ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਕਿ ਅਸੀਂ ਆਪਣੇ ਹੱਕ ਮੰਗਣ ਦੇ ਲਈ ਜੇਕਰ ਸੜਕਾਂ 'ਤੇ ਉਤਰਦੇ ਹਾਂ ਤਾਂ ਸਾਡੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ, ਲੱਖੇ ਸਧਾਣੇ ਦਾ ਕੀ ਕਹਿਣਾ ਅਤੇ ਭਾਨੇ ਸਿੱਧੂ ਦੀ ਭੈਣ ਅਤੇ ਪਿੰਡ ਦਾ ਸਰਪੰਚ ਕੀ ਕਹਿ ਰਿਹਾ ਉਹ ਸੁਣਦੇ ਹਾਂ। ਮੇਰਾ ਨਾਮ ਕਿਰਨਜੀਤ ਕੌਰ ਹੈ ਜੀ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸਾਂ ਵਿਦੇਸਾਂ 'ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ, ਸਾਰੇ ਆਪੋ ਆਪਣੇ ਘਰਾਂ 'ਚੋਂ ਨਿਕਲਣ, ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਕਿਉਂਕਿ ਮੈਂ ਆਪਣੀ ਜੋਬ 'ਤੇ ਸੀ, ਪ੍ਰੋਪਰ ਜੋਬ ਕਰਦੀ ਹਾਂ, ਇਸ ਕਰਕੇ ਇਹਨਾਂ ਨੇ ਸਾਡੇ 'ਤੇ ਵੀ ਪਰਚਾ ਦਰਜ ਕਰਿਆ। ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਅਤੇ ਇਸ ਸੰਘਰਸ਼ ਲਈ ਅੱਗੇ ਹੋਣ। ਹੁਣ ਦੋ ਭੈਣਾਂ, ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ, ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ, ਹੈੱਡ ਮਾਸਟਰ ਆ, ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ, ਉਹ ਇਕੱਠ 'ਚ ਵੀ ਨਹੀਂ ਗਈ ਕਿਸੇ 'ਚ, ਚੱਕ ਕੇ ਉੱਥੇ ਵੀ ਪਰਚਾ, ਦੂਜੀ ਕੁੜੀ ਘਰ ਆ ਭੈਣ ਉੱਥੇ ਵੀ ਪਰਚਾ, ਬਾਪੂ ਘਰ ਉੱਥੇ ਵੀ ਪਰਚਾ, ਭਰਾ 'ਤੇ ਵੀ ਪਰਚਾ, ਸਾਡੇ 'ਤੇ ਕਰ ਦਿੰਦਾ, ਪਰ ਇੱਥੋਂ ਤੱਕ ਤੁਸੀਂ ਆ ਜਾਓਗੇ, ਇੱਥੋਂ ਇਸ ਪੱਧਰ ਤੱਕ ਗਿਰ ਜਾਓਗੇ ਯਾਰ, ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਸੋ ਕੋਈ ਗੱਲ ਨਹੀਂ, ਪੰਜਾਬ ਦੇ ਲੋਕਾਂ ਨੂੰ ਅਪੀਲ ਆ, ਕੋਈ ਗੱਲ ਨਹੀਂ ਬਈ, ਅਸੀਂ ਪਿੱਛੇ ਨਹੀਂ ਹਟਦੇ, ਅਸੀਂ ਤਾਂ ਕਫਣ ਬੰਨ ਕੇ ਤੁਰੇ ਹਾਂ ਅਤੇ ਪੰਜਾਬ ਲਈ ਤੁਰੇ ਹਾਂ, ਕੋਈ ਗੱਲ ਨਹੀਂ, ਇਹ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ, ਪਰਚੇ ਠਾਣੇ ਜੇਲ੍ਹਾਂ ਕੁੱਟ ਕਟਾਪੇ ਚੱਲਦੇ ਹੁੰਦੇ ਆ, ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ, ਕੋਈ ਤੁਹਾਨੂੰ ਥਾਣੇ ਦਾ ਥਾਣੇਦਾਰ ਫੋਨ ਕਰਦਾ, ਕੋਈ ਸੀ ਇੰਚਾਰਜ ਫੋਨ ਕਰਦਾ, ਕੋਈ DSP SP ਫੋਨ ਕਰਦਾ, ਡਰਿਆ ਨਾ ਕਰੋ, ਇਹ ਡਰਾ ਰਹੇ ਆ ਨੌਜਵਾਨ ਨੂੰ ਅੱਜ ਕੱਲ੍ਹ, ਥਾਣੇ ਆ ਕੇ ਜਾਓ ਜੀ, ਕੀ ਗੱਲ ਬਈ, ਕੋਈ ਮੁਕੱਦਮਾ ਦਰਜ ਹੈ, ਕੋਈ ਵਾਰੰਟ ਜਾਰੀ ਹੋਏ ਨੇ, ਉਹੀ ਬੁਲਾ ਲੈਂਦੇ ਆ, ਤੇ ਇਸ ਤਰ੍ਹਾਂ ਲਿਖਾ ਵੀ ਕਿੱਥੇ ਆ, ਤੇ ਨਾਨਕੇ ਕਿੱਥੇ ਆ, ਭੂਆ ਕਿੱਥੇ ਆ, ਮਾਸੀਆਂ ਕਿੱਥੇ ਆ। ਮੇਰਾ ਨਾਮ ਸਰਬਜੀਤ ਸਿੰਘ ਹੈ ਜੀ, ਮੈਂ ਮੌਜੂਦਾ ਸਰਪੰਚ ਹਾਂ, ਪਿੰਡ ਕੋਟ ਦੁਨਾ। ਪਹਿਲਾਂ ਤਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਸ ਇਹੀ ਬੇਨਤੀ ਕਰਦੇ ਹਾਂ ਬਾਈ, ਦੁੱਖ ਸਾਨੂੰ ਆਪਦੇ ਉੱਤੇ ਪਰਚੇ ਦਾ ਨਹੀਂ ਹੈਗਾ, ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ, ਜਿਹੜਾ ਭੈਣਾਂ ਦਾ ਦੁੱਖ ਆ ਬਾਈ, ਸਾਨੂੰ ਬਹੁਤ ਸਤਾ ਰਿਹਾ, ਸਾਡੇ 'ਤੇ ਚਾਹੇ 4 ਪਰਚੇ ਹੋਰ ਦਿੰਦੇ, ਸਾਨੂੰ ਦੁੱਖ ਨਹੀਂ ਸੀ, ਪਰ ਜੇ ਸੱਚਾ ਪਰਚਾ ਹੁੰਦਾ ਨਾ, ਸੱਚਾ ਪਰਚਾ ਝੱਲਿਆ ਜਾਂਦਾ ਬਾਈ, ਝੂਠਾ ਪਰਚਾ ਦਿੱਤਾ। ਅਸੀਂ ਜਿੱਦੇ 3 ਤਰੀਕ ਨੂੰ ਅਸੀਂ ਚੱਕੇ ਗਏ, ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ, ਉੱਥੇ 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ, ਠੀਕ ਹੈ, ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ, ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਧਨੌਲੇ ਥਾਣੇ 'ਚ ਦਿੱਤਾ, ਠੀਕ ਹੈ। ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਹੁਤ ਜ਼ਿਆਦਾ ਧੱਕਾ ਜ਼ੁਲਮ ਹੋ ਰਿਹਾ, ਠੀਕ ਹੈ, ਨਾਲ ਕੁੜੀਆਂ 'ਤੇ, ਜਿਹੜੀ ਭਾਨੇ ਦੀ ਭੈਣ ਹੈ ਉਹ ਇੱਕ ਟੀਚਰ ਲੱਗੀ ਹੋਈ ਆ, ਉਹ ਸਕੂਲ ਦੇ ਵਿੱਚ ਦੇ ਪੜ੍ਹਾਉਣ ਗਈ ਸੀ ਅਤੇ ਉਹ 'ਤੇ ਵੀ ਪਰਚਾ ਦਿੱਤਾ, ਇੱਕ ਭੈਣ ਪਟਿਆਲੇ ਬੈਠੀ ਆ ਉਹ 'ਤੇ ਬੈਠੀ ਦੀ ਪਰਚਾ ਦਿੱਤਾ, ਡੈਡੀ ਸੀ ਉਹਦਾ ਘਰ ਸੀ ਉਹਦਾ ਵੀ ਪਰਚਾ ਦਿੱਤਾ, ਸਾਰੇ ਝੂਠੇ ਪਰਚੇ ਦਿੱਤੇ ਨੇ ਬਾਈ ਇਹ।
ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਸ ਤਰ੍ਹਾਂ ਨਾ ਜ਼ੁਲਮ ਕੀਤਾ ਜਾਵੇ। ਇਸ ਤਰ੍ਹਾਂ ਕਿਸੇ ਸਰਕਾਰ ਨੇ ਨਹੀਂ ਕੀਤਾ, ਨਾ ਅਕਾਲੀਆਂ ਨੇ, ਨਾ ਕਾਂਗਰਸ ਨੇ, ਕਿਸੇ ਨੇ ਇਹ ਜ਼ੁਲਮ ਨਹੀਂ ਕੀਤੇ, ਨਾ ਚੰਨੀ ਹੋਰਾਂ ਨੇ ਕਰੇ ਨੇ ਜੀ। ਇਹ ਸਦੇਹਾਂ ਬਾਈ ਪਿੱਛੇ ਨਹੀਂ ਹਟਦੇ, ਹੁਣ ਹੋਰ ਹੋ ਜਾਣਗੇ ਪਰਚੇ, ਕੋਈ ਦਿੱਕਤ ਨਹੀਂ ਹੈਗੀ। ਝੂਠੇ ਪਰਚੇ 'ਤੇ ਪਰਚਾ, ਪਰਚੇ 'ਤੇ ਪਰ ਸਾਡੇ 'ਤੇ ਵੀ ਦੇ ਦਿਓ ਯਾਰ, ਕੋਈ ਗੱਲ ਨਹੀਂ, ਇਹ ਤਾਂ ਇੱਕ ਇਤਿਹਾਸ ਹੀ ਬਣੂ, ਕੋਈ ਗੱਲ ਨਹੀਂ, ਬਥੇਰੀ ਉਮਰ ਹੈਗੀ ਆ, ਭੋਗਲੀ ਜਿੰਨੀ ਹੈਗੀ ਸੀ, ਮਰ ਜਾਵਾਂਗੇ, ਇਹੀ ਹੈ। ਹੁਣ ਤਾਂ ਮਰਨ ਤੋਂ ਸਿਵਾ ਹੋਰ ਸਾਡੇ ਲਵੇ ਹੈ ਨਹੀਂ ਕੁਛ ਬਾਈ, ਠੀਕ ਹੈ, ਕੋਈ ਦਿੱਕਤ ਨਹੀਂ ਹੈਗੀ। ਜਾਨਾਂ ਦੇਣ ਨੂੰ ਵੀ ਕਰਵਾਉਣਾ, ਹੁਣ ਪਹਿਲਾਂ ਤਾਂ ਰੋਕ ਕੇ ਕਹਿੰਦੇ ਸੀਗੇ, ਠੀਕ ਹੈ, ਪਰ ਮੈਂ ਮੇਰੇ ਨੌਜਵਾਨਾਂ ਨੂੰ ਬੇਨਤੀ ਕਰਦਾ, ਜੇ ਸਾਨੂੰ ਪੁਲਿਸ ਚੱਕ ਕੇ ਲੈ ਗਈ, ਵੀਰਾ ਬਣ ਕੇ ਮੋਰਚਾ ਤੁਸੀਂ ਸੰਭਾਲਣਾ, ਕਿਉਂ ਤੁਹਾਨੂੰ ਸਭ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ, ਕੋਈ ਡਰਾਮੇਬਾਜ਼ੀ ਨਹੀਂ ਇਹਦੇ 'ਚ, ਕੁਛ ਨਹੀਂ ਹੈਗਾ, ਤੁਹਾਡੇ ਜਿਹੜਾ ਹੈਗੀ ਆ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ। ਅਸੀਂ ਇਕੱਲੀ ਇਕੱਲੀ ਅਪਡੇਟ ਇਸ ਕਰਕੇ ਦੇ ਰਹੇ ਹਾਂ ਵੀ ਕੱਲ੍ਹ ਨੂੰ ਸਾਨੂੰ ਕਿਤੇ ਨੀਵੀਂ ਨਾ ਪਾਉਣੀ ਪੈ ਜੇ ਯਾਰ। ਸਾਰੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮਾਈਆਂ ਨੂੰ, ਭਾਈਆਂ ਨੂੰ, ਸਾਰਿਆਂ ਨੂੰ ਹੱਥ ਬੰਨ ਕੇ ਇਹੀ ਬੇਨਤੀ ਆ ਵੀ ਇਨਸਾਫ ਦਾ ਸਾਥ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਬਾਈ।